ਹੈਮਿਲਟਨ ਯੂਥ ਕਲੱਬ ਵੱਲੋਂ ਬੀਤੇ ਕੱਲ੍ਹ ਸੰਦੀਪ ਨੰਗਲ, ਅੰਬੀਆਂ, ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਵੱਡਾ ਖੇਡ ਮੇਲਾ ਸ਼ਾਨੋ ਸ਼ੌਕਤ ਦੇ ਨਾਲ ਸਮਾਪਤ ਹੋਇਆ। ਇਸ ਖੇਡ ਮੇਲੇ 'ਚ ਨਿਊਜ਼ੀਲੈਂਡ ਤੋਂ ਵੱਖ ਵੱਖ ਖੇਡਾਂ ਦੇ ਖਿਡਾਰੀਆਂ ਤੋਂ ਇਲਾਵਾ ਇੰਡੀਆ ਤੋਂ ਵੀ ਸਟਾਰ ਖਿਡਾਰੀ ਪਹੁੰਚੇ ਹੋਏ ਸਨ। ਖੇਡਾਂ ਹੈਮਿਲਟਨ ਦੀਆਂ ਟੂਰਨਾਮੈਂਟ 'ਚ ਕਬੱਡੀ, ਵਾਲੀਬਾਲ, ਕ੍ਰਿਕਟ, ਫੁੱਟਬਾਲ, ਹਾਕੀ ਤੋਂ ਇਲਾਵਾ ਬੱਚਿਆਂ ਅਤੇ ਲੇਡੀਜ਼ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਪੰਜਾਬ ਤੋਂ ਪਹੁੰਚੀ ਭੰਗੜਾ ਟੀਮ ਨੇ ਵੀ ਖੂਬ ਰੌਣਕਾਂ ਲਾਈਆਂ। ਉੱਥੇ ਹੀ ਟਰਬਨ ਕੋਚ ਗੁਰਦੀਪ ਸਿੰਘ ਸ਼ਾਹਪੁਰੀਆ ਅਤੇ ਜਸਪਾਲ ਸਿੰਘ ਹੋਣਾ ਵੱਲੋਂ ਦਸਤਾਰ ਸਿਖਲਾਈ ਕੈਂਪ ਲਗਾ ਕੇ ਸੈਂਕੜੇ ਨੌਜਵਾਨਾਂ ਅਤੇ ਬੱਚਿਆਂ ਦੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਗਈਆਂ। ਹੈਮਿਲਟਨ ਵਿੱਚ ਕਬੱਡੀ ਕੱਪ ਬੇ ਆਫ ਪਲੰਟੀ ਨੇ ਮਾਲਵਾ ਕਲੱਬ ਨੂੰ ਹਰਾ ਕੇ ਆਪਣੇ ਨਾਮ ਕੀਤਾ। ਖੇਡ ਮੇਲੇ ਦੇ ਦੌਰਾਨ ਦਰਸ਼ਕਾਂ ਦੇ ਬੈਠਣ ਤੋਂ ਲੈ ਕੇ ਖਾਣ ਪੀਣ ਦੇ ਸੁਚੱਜੇ ਪ੍ਰਬੰਧਾਂ ਦੇ ਨਾਲ ਬੱਚਿਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਸ ਖੇਡ ਟੂਰਨਾਮੈਂਟ 'ਚ ਕਮੈਂਟੇਟਰ ਦੀ ਭੂਮਿਕਾ ਅਮਨ ਲੋਪੋ, ਸੁਖਰਾਜ ਰੋਡੇ, ਜਸ਼ਨ ਮਹਿਲਾ ਚੌਂਕ, ਚਰਨਜੀਤ ਦੁੱਲਾ ਅਤੇ ਜਰਨੈਲ ਰਾਹੂ ਹੋਣਾ ਵੱਲੋਂ ਸਾਂਝੇ ਤੌਰ 'ਤੇ ਨਿਭਾਈ ਗਈ।